इन्नियां सहायता हो जाने 200 तो उत्ते सहायता हो चुकिया ने। अज सवेरे ही मेरे हसबेंड भी उत्थे नाल ही ने, उन्हां नाल मेरी गल हुई तो उन्होंने यही कहा हजे असी गल करन दी स्थिति विच नहीं गए ते ऐ करके उन्हां नूं अटैक हो गया। दो बंदियां दी खातर पूरे वर्ल्ड च पता, दो इंसानां दी खातर पूरे मुल्क नूं लुट्टण ते लग्या वा। ਤੇ ਅਸੀਂ ਬੇਨਤੀ ਕਰਦੇ ਆ ਇਹ ਕਾਲੇ ਕਾਨੂੰਨ ਵਾਪਸ ਲੈ ਲਾ। ਦਿੱਲੀ ਦੇ ਟਿੱਕਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਮੋਗਾ ਦੇ ਪਿੰਡ ਕੋਟਲਸੀ ਦੇ ਕਿਸਾਨ ਸੁਖਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਿਆ ਬਣਦਾ ਹੈ ਕਿ ਮ੍ਰਿਤਕ ਸੁਖਜਿੰਦਰ ਸਿੰਘ, ਜੋ ਭਾਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਵੀ ਸਨ, ਟਿੱਕਰੀ ਬਾਰਡਰ ਤੇ ਪਹਿਲੇ ਦਿਨ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਲਗਾਤਾਰ ਉੱਥੇ ਮੌਜੂਦ ਸਨ। ਉਹਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ਤੇ ਪਿੰਡ ਵਿੱਚ ਸੋਗ ਦੀ ਲਹਿਰ ਬਣ ਜਾਂਦੀ ਹੈ। ਇਸ ਗਮਗੀਨ ਮਾਹੌਲ ਵਿੱਚ ਮ੍ਰਿਤਕ ਦੀ ਪਤਨੀ ਦਾ ਕਹਿਣਾ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਕਿਸ ਸਰਕਾਰ ਪਾਸੋਂ ਕਿਸੇ ਆਰਥਿਕ ਸਹਾਇਤਾ ਦੀ ਕੋਈ ਲੋੜ ਨਹੀਂ, ਬਸ ਸਰਕਾਰ ਖੇਤੀ ਬਿੱਲਾਂ ਨੂੰ ਰੱਦ ਕਰੇ। ਦੇਖੋ ਜੀ, ਮੋਦੀ ਦਾ ਤਾਂ ਜਿਹੜਾ ਹੈਗਾ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਹੈ ਨਾ। ਪਰ ਇਹ ਸਰਕਾਰਾਂ ਜਿਹੜੀਆਂ ਨੇ ਇਹਨਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ ਹੈਗੀ। ਇੰਨੀਆਂ ਸ਼ਹੀਦੀਆਂ ਹੋਈ ਜਾਂਦੀਆਂ ਨੇ, ਇੰਨੇ ਚਿਰ ਦੇ ਉੱਥੇ ਲੋਕ ਬੈਠੇ ਨੇ, ਇੰਨਾ ਲੋਕਾਂ ਉਹਨਾਂ ਨੂੰ ਕਾਨੂੰਨਾਂ ਦੇ ਵਿੱਚ ਸਾਰੀ ਇਕੱਲੀ ਇਕੱਲੀ ਮਦ ਸਾਡੇ ਨੇਤਾ ਨੇ ਜਿਹੜੇ ਕਿਸਾਨ ਯੂਨੀਅਨਾਂ ਦੇ ਪ੍ਰਧਾਨ ਨੇ ਉੱਥੇ ਜਾਂਦੇ ਨੇ ਮੀਟਿੰਗਾਂ 'ਤੇ, ਇਕੱਲੀ ਇਕੱਲੀ ਗੱਲ ਉਹਨਾਂ ਨੂੰ ਸਮਝਾ ਦੀ ਵੀ ਇੱਥੇ ਆਹ ਗਲਤ ਆ, ਇੱਥੇ ਆਹ ਗਲਤ ਆ। ਇਹ ਇਕੱਲੇ ਕਿਸਾਨ ਵਾਸਤੇ ਨਹੀਂ ਗਲਤ ਹੈਗਾ, ਇਹ ਮਜ਼ਦੂਰਾਂ ਵਾਸਤੇ, ਇਹ ਜਿਹੜੇ ਆੜ੍ਹਤੀਏ ਨੇ, ਜਿਹੜੇ ਦੂਜੇ ਆਪਣੇ ਉਹਨਾਂ 'ਤੇ ਆਪਾਂ ਡਿਪੈਂਡ ਆ, ਕਿੰਨੀ ਮਹਿੰਗਾਈ ਵੱਧ ਜਾਣੀ ਆ। ਕੰਨ ਤੇ ਜੂ ਤੱਕ ਨੀ ਸਰਕਦੀ, ਸਗੋਂ ਹਲੇ ਵੀ ਬਿਆਨ ਉਹ ਐਂ ਦੇਈ ਜਾਂਦੇ ਨੇ। ਉਦੋਂ ਤੋਮਰ ਸਾਹਿਬ ਨੇ ਜਵਾਬ ਆਪਾਂ ਨੂੰ ਦਿੱਤਾ ਬਿਆਨ ਕਿ ਇਹਦੇ ਵਿੱਚ ਮੈਨੂੰ ਕੋਈ ਕਾਲਾ ਹੀ ਨਹੀਂ ਦਿਸਦਾ, ਮੈਨੂੰ ਦੱਸਣ ਕੀ ਕਾਲਾ, ਸਾਰਾ ਇਕੱਲਾ ਇਕੱਲਾ ਦੱਸਦਾ, ਬਾਹਰ ਆ ਕੇ ਝੂਠ ਬੋਲ ਦਿੰਦੇ ਨੇ। ਸਾਨੂੰ ਤਾਂ ਹਜੇ ਦੱਸਿਆ ਹੀ ਨਹੀਂ ਕਿਸਾਨ ਯੂਨੀਅਨਾਂ ਨੇ। ਇੰਨੀਆਂ ਸਹਾਇਤਾਂ ਹੋ ਜਾਂਦੀਆਂ, 200 ਤੋਂ ਉੱਤੇ ਸਹਾਇਤਾਂ ਹੋ ਚੁੱਕੀਆਂ ਨੇ। ਅੱਜ ਸਵੇਰੇ ਹੀ ਮੇਰੇ ਹਸਬੈਂਡ ਵੀ ਉੱਥੇ ਨਾਲ ਹੀ ਨੇ, ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਇਹੀ ਕਿਹਾ ਹਜੇ ਅਸੀਂ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਗਏ ਅਤੇ ਐਂ ਕਰਕੇ ਉਹਨਾਂ ਨੂੰ ਅਟੈਕ ਹੋ ਗਿਆ। ਮੈਂ ਤੁਹਾਡੇ ਨਾਲ ਠਹਿਰ ਕੇ ਗੱਲ ਕਰੂੰਗਾ ਅਤੇ ਬਹੁਤ ਉਸ ਤੋਂ ਬਾਅਦ ਬਸ ਫਿਰ ਫਟਾਫਟ ਜੀ ਜੀ ਅਪੀਲਾਂ ਤਾਂ ਬਹੁਤ ਕਰ ਚੁੱਕੇ ਜੀ ਅਸੀਂ। ਅਪੀਲਾਂ ਦੀ ਕੋਈ ਹੱਦ ਹੁੰਦੀ ਆ, ਕੋਈ ਲਿਮਿਟ ਹੁੰਦੀ ਆ, ਕਦੇ ਲਿਮਿਟ ਕਦੋਂ ਤੱਕ ਆ, ਸਾਨੂੰ ਲਿਮਿਟ ਦਾ ਨਹੀਂ ਪਤਾ ਲੱਗ ਰਿਹਾ। ਅਮਰੀਕਾ ਤੋਂ ਲੈ ਕੇ ਸਾਰੀਆਂ ਬਾਹਰਲੇ ਜਿਹੜੇ ਹੈਗੇ ਨੇ ਸਾਰੇ ਇਹਨਾਂ ਦੇ ਇਹਨਾਂ ਨੂੰ ਕਹਿ ਰਹੇ ਨੇ, ਇਹਨਾਂ ਦੀ ਸਮਝ ਚ ਕੱਲੀ ਇੱਕ ਬੀਜੇਪੀ ਨੀ ਸਮਝ ਰਹੀਗੀ, ਬਾਕੀ ਸਾਰੇ ਸਮਝ ਰਹੇ ਨੇ। ਇੱਕ ਪਾਰਟੀ ਇੱਕ ਉਹ ਨੀ ਸਮਝ ਰਹੇ ਭਰਾ ਦੀ ਮੌਤ ਖਬਰ ਆਉਂਦੀ ਹੈ ਤੇ ਤੁਸੀਂ ਆਪ ਹੀ ਸੋਚ ਸਕਦੇ ਹੋ, ਬੰਦਾ ਟੁੱਟ ਜਾਂਦਾ ਇੱਕਦਮ ਬੰਦਾ ਟੁੱਟ ਜਾਂਦਾ ਜਦੋਂ ਭਰਾ ਸੱਜੀਆਂ ਬਾਹਾਂ ਟੁੱਟ ਜਾਂਦੀਆਂ। ਤੋ ਸਾਡਾ ਤਾਂ ਸਭ ਕੁਛ ਹੀ ਖਤਮ ਹੋ ਗਿਆ। ਸਾਡੀ ਬੇਨਤੀ ਹੈ ਸਰਕਾਰ ਅੱਗੇ ਵੀ ਜੋ ਉਹਦੀਆਂ ਮਨੋਕਾਮਨਾ ਹੋਈ ਸੀ ਸਾਡੇ ਭਰਾ ਦੀ, ਜੋ ਇੱਕ ਤਾਂ ਬੱਚੀ ਉੱਧਰ ਰਹਿ ਹੀ ਰਹੀ ਹੈ ਤੋ ਇੱਕ ਇੱਧਰ ਹੀ ਹੈ ਹਲੇ, ਲੜਕਾ ਅਨਮੈਰਿਡ ਹੈ। ਸਰਕਾਰ ਨੂੰ ਮੈਸੇਜ ਸਾਰੀ ਜੋ ਕਿਸਾਨ ਅੰਦੋਲਨ ਇੱਥੇ ਕਰ ਰਹੇ, ਇੰਨੀ ਦੁਨੀਆ ਬੈਠੀ, ਲੱਖਾਂ ਦੁਨੀਆ ਬੈਠੀ, ਸਰਕਾਰ ਨੂੰ ਦੱਸਦਾ ਨਹੀਂ ਗਾ। ਸੈਂਟਰ ਸਰਕਾਰ ਨੂੰ 200 ਬੰਦਾ ਉੱਥੇ ਸ਼ਹੀਦ ਹੋ ਗਿਆ, ਉਹਨੂੰ ਹਲੇ ਦੱਸਦਾ ਨਹੀਂ ਗਾ। ਮੈਸੇਜ ਇਹ ਹੀ ਹੈ ਵੀ ਸਾਡੇ ਜਿਹੜੇ ਕਾਲੇ ਕਾਨੂੰਨ ਹੈ ਜਿਹੜੇ ਸਾਡੇ ਇੱਥੇ ਥੋਪੇ ਹੈ, ਜਦੋਂ ਕੋਈ ਮੰਗ ਨਹੀਂ ਇਹਨਾਂ ਦੀ ਅਤੇ ਕਿਉਂ ਥੋਪੇ ਆ, ਇਹਨਾਂ ਨੂੰ ਵਾਪਸ ਲਵੇ। ਬਈ ਇਹ ਸਰਕਾਰ ਜਿਹਦਾ ਦਿਮਾਗ ਖਰਾਬ ਹੋਇਆ ਵਾ, ਇਹਨੂੰ ਸ਼ੁੱਧ ਕਰੇ। ਅਸੀਂ ਇਨਸਾਨੀਅਤ ਵਰਤੇ ਇਨਸਾਨ ਹੈ, ਇੱਕ ਨਹੀਂ ਸਾਰੀ ਹਿੰਦੁਸਤਾਨ ਨੂੰ ਤੜਫਾ ਰਿਹਾ ਇਸ ਟਾਈਮ 'ਤੇ, ਕੋਈ ਸੂਬਾ ਟੇਕ ਕੇ ਨਹੀਂ ਬੈਠਾ। ਹਰ ਇੱਕ ਨੂੰ ਦੁੱਖ ਹੈ ਇਹਦਾ, ਕਿਉਂਕਿ ਜਦੋਂ ਕਿਸੇ ਦੇ ਕਾਲਜ ਨੂੰ ਹੱਥ ਪਾ ਲਏ ਤਾਂ ਫਿਰ ਉਹਨੂੰ ਬਚਣ ਨੂੰ ਥਾਂ ਕੋਈ ਹੈਗਾ। ਇਹਨੇ ਕਿਸਾਨੀ ਦੀ ਮਾਂ ਜ਼ਮੀਨ ਨੂੰ ਹੱਥ ਪਾਇਆ। ਇਹ ਜੇ ਜ਼ਮੀਨ ਹੀ ਜ਼ਮੀਨਦਾਰ ਦੀ ਮਾਂ ਹੈ ਜਿਹੜੀ ਸਾਡੀ ਵਿਰਾਸਤ ਹੈ, ਅਸੀਂ ਵਿਰਾਸਤ ਦੇ ਸਿਰ 'ਤੇ ਜਿਉਂਦੇ ਹਾਂ। ਜਦੋਂ ਕਿਸੇ ਦੀ ਵਿਰਾਸਤ ਖੋਹ ਲਏ ਤਾਂ ਫਿਰ ਉਹਦਾ ਕੀ ਹੋਊਗਾ। ਜੇ ਹੁਣ ਮੋਦੀ ਜੀ ਦੀ ਮਾਂ ਨੂੰ ਕੋਈ ਜਾ ਕੇ ਅੱਗਾ ਤੱਗਾ ਬੋਲੇ, ਅਕਸਰ ਉਹਦੀ ਮਾਂ ਨਾ, ਇਹ ਜਿਹੜੀ ਜ਼ਮੀਨ ਹੈ ਸਾਡੀ ਮਾਂ ਹੈ, ਇਹ ਸਾਡੀ ਵਿਰਾਸਤ ਹੈ। ਇਸ ਕਰਕੇ ਮੋਦੀ ਤੈਨੂੰ ਇਸੇ ਕਹਿਣਾ ਚਾਹੁੰਦੇ ਹਾਂ, ਐਜ ਏ ਰਿਸਪੈਕਟ
ਬਈ ਤੂੰ ਇਹ ਜਿਹੜੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਲੈ ਲਾ, ਇਹ ਦੁਨੀਆ ਦਾ ਨਾਂ ਲਹੂ ਵੀ 200 ਬੰਦਾ ਤੋਂ ਉੱਪਰ ਜਿਨ੍ਹਾਂ ਨੇ ਕਈਆਂ ਨੇ ਇਹੋ ਜਿਹੇ ਘਿਨਾਉਣੀ ਮੌਤ ਕੀਤੀ, ਦੁੱਖ ਨਹੀਂ ਝੱਲਿਆ ਜਾਂਦਾ ਆਪਣੇ ਭਰਾਵਾਂ ਦਾ, ਆਪਣੇ ਬੱਚਿਆਂ ਦਾ, ਬੱਚੇ ਲੈ ਕੇ ਉੱਥੇ ਜੂੰਝ ਰਹੇ ਆ ਉਹਨਾਂ ਦੀ। ਫਿਰ ਹੁਣ ਖਬਰ ਤਾਂ ਸਰਕਾਰ ਨੇ ਲੈਣੀ ਆ, ਇਹਨਾਂ ਨੂੰ ਚੁੱਕ ਕੇ ਕੋਠੀ ਦੇ ਬਾਜ਼ ਦਿੱਤੇ ਤਾਂ ਪੁੱਠੇ ਰਾਹ ਪੈ ਗਏ। ਦੋ ਬੰਦਿਆਂ ਦੀ ਖਾਤਰ ਪੂਰੇ ਵਰਲਡ 'ਚ ਪਤਾ, ਦੋ ਇਨਸਾਨਾਂ ਦੀ ਖਾਤਰ ਇਹ ਪੂਰੇ ਮੁਲਕ ਨੂੰ ਲੁੱਟਣ 'ਤੇ ਲੱਗਿਆ ਵਾ। ਅਤੇ ਅਸੀਂ ਬੇਨਤੀ ਕਰਦੇ ਹਾਂ ਇਹ ਕਾਲੇ ਕਾਨੂੰਨ ਵਾਪਸ ਲੈ ਲਾ ਅਤੇ ਲੋਕਾਂ ਨੂੰ ਆਰਾਮ ਨਾਲ ਆਪਦਾ ਜੀਵਨ ਬਤੀਤ ਕਰਨ ਦੇ, ਨਾਲੇ ਤੂੰ ਕਰ। ਇਸ ਕਰਕੇ ਅਸੀਂ ਇਦੋਂ ਜ਼ਿਆਦਾ ਸ਼ਬਦ ਨਹੀਂ ਵਰਤਦੇ। ਵਾਹਿਗੁਰੂ ਜੀ ਕਾ ਖਾਲਸਾ।